ਇਨਫਰਮੇਸ਼ਨ ਦੇ ਰਿਆ ਸਾਂ ਕਿ ਜਨਾਬ ਅਸੀਂ ਅਗਰ ਇੱਕ ਕੈਸ਼ ਕੈਂਡੀ ਮੇਡ ਇਨ ਪਾਕਿਸਤਾਨ ਹਾਂਜੀ ਅਗਰ ਬਿਲ ਫਰ ਸਾਨੂੰ ਨਹੀਂ ਮਿਲਦੀ ইরਾਨੀ ਨਹੀਂ ਮਿਲਦੀ ਇਹਦੀ ਤੁਸੀਂ ਚੈੱਕ ਕੀਤੀ ਕੁਆਲਿਟੀ ਅੱਛੀ ਹਾਂਜੀ ਇਹ ਸਾਨੂੰ 2.4 ਮਤਲਬ 2 ਰੁਪਏ 4 ਪੈਸੇ ਦੀ ਸਾਨੂੰ ਇਹ ਕੈਂਡੀ ਪੈ ਗਈ ਇਹਨੂੰ ਅਸੀਂ ਮਲਟੀਪਲਾਈ ਕਰ ਲਿਆ 50 ਨਾਲ ਜੀ 120 ਰੁਪਏ ਦਾ ਸਾਨੂੰ ਪੈਕਟ ਪਿਆ ਮਤਲਬ 50 ਪੀਸ ਅਸੀਂ ਇਹਨੂੰ ਪੈਕ ਕਰ ਦਿੰਨੇ ਆ ਪੈਕ ਕਰਕੇ ਅਸੀਂ ਮਾਰਕੀਟ 'ਚ ਸੇਲ ਕਰਨੇ ਆ ਹੁਣ ਇਹਦੇ ਉਤੇ ਅਸੀਂ ਆਪਣੇ ਅਖਰਾਜਾ ਜਿਹੜੇ ਨੇ ਉਹਦਾ ਉਹ ਅਸੀਂ ਪੈਕਟ ਲਾਣਾ ਜਿਹੜਾ ਪੈਕਿੰਗ ਵਾਲਾ ਸ਼ਾਪਰ ਵਗੈਰਾ ਜਿਹੜਾ ਉਹ ਮੁxtਲਫ ਹੁੰਦੇ ਨੇ ਕੋਈ ਉਹ ਸਟੈਪਲਰ ਕਰਦਾ ਕੋਈ ਮਸ਼ੀਨ ਨਾਲ ਉਹਨੂੰ ਪੈਕ ਕਰਦਾ 10 ਰੁਪਏ ਲਾ ਲੈਨੇ ਆ ਜੀ ਘੱਟ ਤੋਂ ਘੱਟ ਅਗਰ ਤੁਸੀਂ ਅਸੀਂ ਕਹਿੰਨੇ ਆ ਕਿ ਸਾਨੂੰ ਇਹਦੇ 'ਚ ਕਮ ਸੇ ਕਮ 30 40 ਰੁਪਏ ਪ੍ਰੋਫਿਟ ਹੋਣਾ ਚਾਹੀਦਾ ਜੀ ਅਸੀਂ 30 ਰੁਪਏ ਇਹਦੇ ਤੇ ਇਨਵੈਸਟ ਕਰ ਦਿੱਤੇ 130 ਰੁਪਏ ਜੀ 40 ਰੁਪਏ ਪ੍ਰੋਫਿਟ ਕਰ 170 ਰੁਪਏ ਦੀ ਅਸੀਂ ਸੇਲ ਕਰਾਂਗੇ ਹਾਂਜੀ ਬਿਲਕੁਲ 40 ਰੁਪਏ ਰੀਜ਼ਨੇਬਲ ਪ੍ਰੋਫਿਟ ਹੈ ਬੜੀ ਅੱਛੀ ਪ੍ਰੋਫਿਟ ਹੈ ਅਸੀਂ ਜਨਾਬ 170 ਰੁਪਏ ਚ ਦੁਕਾਨਦਾਰ ਨੂੰ ਸੇਲ ਕਰ ਦਿੰਨੇ ਆ ਦੁਕਾਨਦਾਰੇ ਨੂੰ ਸੇਲ ਕਰ ਰਿਹਾ 250 ਰੁਪਏ ਚ ਦੁਕਾਨਦਾਰ ਨੂੰ ਕਿੰਨਾ ਪ੍ਰੋਫਿਟ ਹੋਇਆ ਉਹਨੂੰ ਤਕਰੀਬਨ 70 80 ਬੱਜ ਗਏ 50 ਰੁਪਏ ਇੱਕ ਬਜੇ ਉਹਨੂੰ ਹਾਂਜੀ ਤੇ 30 ਰੁਪਏ 80 ਰੁਪਏ ਉਹਨੂੰ ਪ੍ਰੋਫਿਟ 80 ਰੁਪਏ ਪ੍ਰੋਫਿਟ ਦਾ ਮਤਲਬ ਕੀ ਹੈ ਕਿ ਉਹਨੂੰ ਘੱਟੋ ਘੱਟ 40 40% ਉਹਨੂੰ ਪ੍ਰੋਫਿਟ ਮਿਲ ਰਿਹਾ ਬਿਲਕੁਲ ਐਸੇ ਕਮ ਸਕਮ 40% ਕੋਈ ਪ੍ਰੋਡਕਟ ਉਠਾ ਕੇ ਵੇਖ ਲਓ ਤੁਸੀਂ ਉਹਦੇ ਚੋਂ ਉਹਨੂੰ ਪ੍ਰੋਫਿਟ ਤੇ ਦੁਕਾਨਦਾਰ ਨੂੰ ਨਹੀਂ ਮਿਲੇਗਾ ਇਹਨਾਂ ਔਰ ਖਾਸ ਕਰਕੇ ਕਰਿਆਨੇ ਵਾਲੇ ਹੁਣ ਦੁਕਾਨਦਾਰ ਇਹ ਚਾਹੁੰਦਾ ਹੈ ਕਿ ਤੁਸੀਂ ਜਿਹੜੀ ਚੀਜ਼ ਲੈ ਕੇ ਆਏ ਜੇ ਮਾਰਕੀਟ ਜਿੰਦੇ ਚੋਂ ਉਹਨੂੰ 40% ਮਿਲ ਰਿਹਾ ਜੀ ਜੀ ਇਹ 40 ਨਾ ਸੀ 30% ਮਿਲ ਰਿਹਾ ਜੀ ਉਹ ਖੁਦਾ ਕਰੇ ਕਿ ਕੁਆਲਟੀ ਅੱਛੀ ਹੋਵੇ ਹਾਂਜੀ ਦੁਕਾਨਦਾਰ ਇਹ ਨਹੀਂ ਕਿ ਚਾਹਦਾ ਕਿ ਇਹ ਗਲਤ ਕੁਆਲਟੀ ਲੈ ਕੇ ਆਏ ਬਿਲਕੁਲ ਜਿੰਦੇ ਚ ਦੁਕਾਨਦਾਰ ਨੂੰ ਪ੍ਰੋਫਿਟ ਮਿਲ ਰਿਹਾ ਉਹ ਚਾਹ ਰਿਹਾ ਕਿ ਇਹਦੀ ਕੁਆਲਟੀ ਐਸੀ ਹੋਏ ਕਿ ਇਹਦੀ ਰਿਪੀਟ ਸੇਲ ਹੋਏ ਹਾਂ ਹਾਂ ਬਿਲਕੁਲ ਤੇ ਅਸੀਂ ਉਠੀਏ ਅਸੀਂ ਜਨਾਬ ਲੋ ਕੁਆਲਟੀ ਦਾ ਮਾਲ ਹੁਣ ਰਿਪੀਟ ਸੇਲ ਤੇ ਸਾਡੀ ਹੋਣੀ ਹੈ ਨਾ ਹਾਂਜੀ ਬਿਲਕੁਲ ਇਧਰ ਆਇਓ ਹਾਂਜੀ ਰਸਤਾ ਦਿਓ ਦੇਖੋ ਉਹ ਦੁਕਾਨਦਾਰ ਨੂੰ ਨੁਕਸਾਨ ਤਾਂ ਨਹੀਂ ਜੀ ਦੁਕਾਨਦਾਰ ਦੀ ਸੇਲ ਹੋ ਰਹੀ ਏ ਦੁਕਾਨਦਾਰ ਪ੍ਰੋਫਿਟ ਕਮਾ ਰਿਆ ਏ ਤੁਹਾਡੀ ਰਿਪੀਟ ਸੇਲ ਤੁਸੀਂ ਬਾਰ ਬਾਰ ਜਾ ਰਹਾ ਜੀ ਜੀ ਤੁਹਾਡਾ ਉਹ ਜਿਹੜੇ ਇਹ ਤੁਸੀਂ ਇਹ ਪ੍ਰੋਡਕਸ਼ਨ ਕੀਤੀ ਹੈ ਮਤਲਬ ਜਿਹੜਾ ਤੁਸੀਂ ਤਿਆਰ ਕੀਤਾ ਹੈ ਮਟੀਰੀਅਲ ਉਹ ਸੇਲ ਹੋ ਰਿਹਾ ਜੀ ਦੁਕਾਨਦਾਰ ਵਿਚਾਰ ਰਿਹਾ ਕਿ ਸਾਡੀ ਇਹ ਬੰਦੇ ਦੀ ਕੁਆਲਿਟੀ ਅੱਛੀ ਹੋਣੀ ਚਾਹੀਦੀ ਸੇਲ ਹੋਵੇ ਤੁਸੀਂ ਵਿਚਾਰਿਆ ਜੀ ਕਿ ਦੁਕਾਨਦਾਰ ਬਾਰ ਬਾਰ ਸਾਨੂੰ ਆਰਡਰ ਦੇਵੇ ਰਿਪੀਟ ਸੇਲ ਮਿਲਦੀ ਰਹੇ ਹੁਣ ਇੱਕ ਚੀਜ਼ ਤੁਸੀਂ ਲੋ ਕੁਆਲਿਟੀ ਚ ਦੁਕਾਨਦਾਰ ਨੂੰ ਦੇ ਦਿੰਦੇ ਜੋਂਦੇ 100 ਰੁਪਏ ਪ੍ਰੋਫਿਟ ਕਮਾ ਲੈਂਦੇ ਜੀ ਹਾਂਜੀ ਉਹਦੇ ਜਿਹ 100 ਰੁਪਏ ਦੁਕਾਨਦਾਰ ਨੂੰ ਪ੍ਰੋਫਿਟ ਮਿਲਦਾ ਹੈ ਲੇਕਿਨ ਉਹ ਸੇਲ ਹੋਏਗੀ ਤਾਂ 100 ਰੁਪਏ ਮਿਲੇਗਾ ਨਾ ਤੁਸੀਂ ਤਾਂ 100 ਕਮਾ ਲਿਆ ਜੀ ਜੀ ਨੈਕਸਟ ਟਾਈਮ ਦੁਕਾਨਦਾਰ ਨੂੰ ਮੂੰਹ ਵਿਖਾਉਣ ਦੇ ਲਾਇਕ ਨਹੀਂ ਰਹੇ ਜਾਣਾ ਤੁਸੀਂ ਜੀ ਬਿਲਕੁਲ ਐਸਾ ਮੈਂ ਤੁਹਾਨੂੰ ਦੇਣ ਨੂੰ ਮਾਲ ਜਿਹੜਾ ਤੁਸੀਂ ਕਹੋਗੇ ਦੇ ਦਿਆਂਗਾ ਜੀ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੈਨੂੰ ਕੱਲ ਨੂੰ ਉੱਥੇ ਮਦਰਸੇ ਬੈਠੇ ਹੋਏ ਤੁਸੀਂ ਮੈਨੂੰ ਬੱਸ ਦਵਾ ਦਿਓ ਕਿ ਯਾਰ ਉਸ ਬੰਦੇ ਨੇ ਸਾਡੇ ਨਾਲ ਠੀਕ ਗੱਲ ਨਹੀਂ ਕੀਤੀ ਮਕਸਦ ਇਹ ਕਿ ਬਹੁਤ 10% ਕਮਾ ਲਓ 10 ਰੁਪਏ ਪ੍ਰੋਫਿਟ ਕਮਾ ਰਹੋ ਲੇਕਿਨ ਰੈਗੂਲਰ ਤੁਹਾਡਾ ਮਾਰਕੀਟ ਦੇ ਵਿੱਚ ਆਣਾ ਜਾਣਾ ਰਵੇ ਜੀ ਜੀ ਤੁਸੀਂ ਤੁਹਾਨੂੰ ਟਾਈਮ ਹੀ ਨਾ ਮਿਲੇ ਕਿ ਇੱਕ 7 ਦਿਨ ਹਫਤੇ ਦੇ ਵਿੱਚ 7 ਦਿਨ ਜੁਮੇ ਦਾ ਦਿਨ ਛੱਡ ਕੇ ਜੀ ਜੀ ਤੇ ਤੁਸੀਂ 6 ਦਿਨ 6 ਟਰਨਾ ਬਣਾ ਲਓ ਹਾਂਜੀ ਖੁੱਡੀਆਂ ਤੋਂ ਇੱਕ ਕਸੂਰ ਦੀ ਬਣਾ ਲਓ ਇੱਕ ਮਿਸਾਲ ਹੈ ਸਾਡੇ ਐਸ ਰੂਟ ਦੀ ਬਣਾ ਲਓ ਇੱਕ ਕੰਗਨਪੁਰ ਦੀ ਬਣਾ ਇੱਕ ਪਤੋਕੀ ਦੀ ਬਣਾ ਲਓ ਇੱਕ ਮੈਂ ਲੰਮੇ ਰੋਡ ਦੱਸਦਾ ਭੈਣ ਲੇਕਿਨ ਤੁਸੀਂ ਆਪਣੇ ਸ਼ਹਿਰ ਦੀ ਰੌਂਡਿੰਗ ਇਹਦੇ ਚ ਵਿੱਚੀ ਆਪਣਾ ਢਿੰਗੀ ਸ਼ਾਪਰਾ ਮੰਡੀ ਸਮਾਨ ala ਤਲਵੰਡੀ ਤੱਕ ਜੀ ਇੱਥੋਂ ਤੱਕ ਵੀ ਰੋ ਨਾ ਤੇ ਅੱਛੀ ਸੇਲ ਹੁੰਦੀ ਹੈ ਲੇਕਿਨ ਇੱਕ ਪ੍ਰੋਡਕਟ ਉਹ ਮੇਰੇ ਕੋਲ ਨਾ ਸਹੀ ਤੁਸੀਂ ਨਾ ਮੇਰੇ ਕੋਲ ਲਓ ਮਾਰਕੀਟ ਚ ਜਾਓ ਤੁਹਾਡਾ ਪਹਿਲਾ ਫੋਕਸ ਇਹ ਹੋਣਾ ਚਾਹੀਦਾ ਕਿ ਕੁਆਲਿਟੀ ਅੱਛੀ ਹੋਣੀ ਚਾਹੀਦੀ ਹੈ ਕੁਆਲਿਟੀ ਅੱਛੀ ਹੋਣੀ ਚਾਹੀਦੀ ਬਿਲਕੁਲ ਕੁਆਲਿਟੀ ਦੇ ਬੇਸ ਤੇ ਜੀ ਮਾਰਕੀਟ ਰਨ ਕਰਦੀ ਜੀ ਬਿਲਕੁਲ ਦੂਸਰਾ ਇਹ ਚੀਜ਼ ਵੀ ਨਹੀਂ ਖਾਲੀ ਕੁਆਲਟੀ ਕੁਆਲਟੀ ਵੀ ਰਿਜੈਕਟ ਹੋਣਾ ਚਾਹ ਰਹੀਦੀ ਜਿੰਨਾ ਚਿਰ ਐਕਸਪੀਰੀਅੰਸ ਬੰਦੇ ਦਾ ਨਹੀਂ ਹੁੰਦਾ ਤਜਰਬਾ ਨਹੀਂ ਹੁੰਦਾ ਜੀ ਬਿਲਕੁਲ ਜਦੋਂ ਤੁਸੀਂ ਇਸ ਸਰਕਲ ਦੇ ਵਿੱਚ ਇਸ ਦਾਇਰੇ ਦੇ ਵਿੱਚ ਆਪ ਇਨ ਨਹੀਂ ਹੋਵੋਗੇ ਜੀ ਉਹਨੂੰ ਉਦੋਂ ਦੇਰ ਤੱਕ ਤੁਸੀਂ ਅੰਦਾਜ਼ਾ ਹੀ ਲਗਾਈ ਰੱਖੋਗੇ ਕਿ ਇਹ ਐਹੀਂ ਸੇਲ ਹੋਣੀ ਹੈ ਜੀ ਇਹ ਇੰਨਾ ਇੰਦੀ ਪ੍ਰੋਫਿਟ ਆ ਜਾਏਗਾ ਜਦੋਂ ਤੁਸੀਂ ਉਹਦੇ ਜ ਆਪ ਉਸ ਕੰਪੀਟੀਸ਼ਨ 'ਚ ਆਓਗੇ ਫਿਰ ਫਿਰ ਪਤਾ ਚੱਲੇਗਾ ਫਿਰ ਬੇਸ ਕਰਦਾ ਤਲਕ ਜੀ ਤੁਸੀਂ ਇੱਕ ਟੂ ਰੂਟ ਤੇ ਜਾ ਰਹੇ ਜੇ ਅਗਰ ਤੁਸੀਂ 20 ਤੋਂ 25 ਦੁਕਾਨਾਂ ਵਾਲਿਆਂ ਨਾਲ ਮਿਲ ਰਹੇ ਜੇ ਤੇ ਉਹਨਾਂ ਨੂੰ ਜਨਾਬ ਇੱਕ ਦਫਾ ਤੁਸੀਂ ਗਏ ਜੇ ਤੁਹਾਡਾ ਤਲਕ ਨਹੀਂ ਬਣਿਆ ਹੁੰਦੇ ਨਾਲ ਅਗਲੀ ਦਫਾ ਉਸ ਤੋਂ ਇੱਕ ਵਾਰ ਉਹਨੇ ਮਾਲ ਲੈ ਲਿਆ ਤੁਹਾਡਾ ਜਿਹੜਾ ਬਿਹਵੀਅਰ ਹੈ ਨਾ اخلاق ਹੈ ਨਾ ਉਹ ਐਟ੍ਰੈਕਟਿਵ ਕਰਦਾ ਦੁਕਾਨਦਾਰ ਜੀ ਬਿਲਕੁਲ ਕਿ ਬੜੇ ਅੱਛੇ اخلاق ਦਾ ਬੰਦਾ ਮੈਨੂੰ ਇੱਥੇ ਕਿੰਨੀ ਦਫਾ ਮੈਂ ਇੱਥੇ ਨਹੀਂ ਹੁੰਦਾ ਮਾਰਟ ਤੇ ਨਹੀਂ ਹੁੰਦਾ ਮੈਨੂੰ ਇੱਥੇ ਕਾਲ ਕਰਦੇ ਨੇ ਫਿਆਜ਼ ਭਾਈ ਆ ਮਾਲ ਲੈ ਕੇ ਆਇਆ ਮੇਰੇ ਕੋਲ ਪਿਆ ਹੁੰਦਾ ਜੀ ਦਿਲ ਨਹੀਂ ਕਰਦਾ ਇਹਨਾਂ ਨੂੰ ਵਾਪਸ ਮੋੜ ਦੇਆ ਮੈਂ ਉੱਥੇ ਬੈਠਾ ਕਹਿਣਾ ਕਿ ਯਾਰ ਦੋ ਪੈਕੇਟ ਦੇ ਦਿਓ ਸਹੀ ਕਿ ਯਾਰ ਇਹਦੀ ਦਿਲਜ਼ਾਰੀ ਨਾ ਹੋਵੇ ਹਾਂਜੀ ਚੱਲ ਵੀ ਅੱਛਾ ਕੰਮ ਕਰ ਰਿਹਾ ਆਦਾ ਲਾਲ ਰੋਜੀ ਕਮਾ ਰਿਹਾ ਤੇ ਇਹਨੂੰ ਕੋਈ ਮਤਲਬ ਇਹ ਨਾ ਹੋਵੇ ਕਿ ਯਾਰ ਮੈਂ ਐਡਾ ਵੱਡਾ ਮਾਰਟ ਐ ਤੇ ਇਹਦੇ ਵਿੱਚ ਇੱਥੇ ਮੇਰੀ ਸੇਲ ਹੀ ਨਹੀਂ ਹੋਈ ਲੇਕਿਨ ਕਿ ਬੇਸ ਕੁਆਲਟੀ ਉਹਦੀ ਕੁਆਲਟੀ ਅੱਛੀ ਏ ਤੇ ਅਸੀਂ ਜਨਾਬ ਉਹਦੇ ਕੋਲ ਜ਼ਰੂਰ ਖਰੀਦਨੇ ਆ ਤੇ ਇਹ ਅਸੀਂ ਪਹਿਲਾ ਸਾਡਾ ਹੋਣਾ ਚਾਹੀਦਾ ਕਿ ਸਾਡੀ ਕੁਆਲਟੀ ਅੱਛੀ ਹੋਣੀ ਚਾਹੀਦੀ ਏ ਪ੍ਰੋਫਿਟ ਸਾਨੂੰ ਐਵਰੇਜ ਮਿਲੇ ਨਾਰਮਲ ਪ੍ਰੋਫਿਟ ਸਾਡੇ ਕੋਲ ਹੋਵੇ ਤੇ ਸਾਨੂੰ ਉਹ ਪ੍ਰੋਡਕਟ ਅਸਾਂ ਸੇਲ ਕਰਨੀ ਤੁਸੀਂ ਕਦੇ ਵੀ ਨਾ ਜਾਓ ਉਹ ਉਧਰ ਕਿ ਜਿਹੜੀ ਤੁਸੀਂ YouTube ਤੇ ਸਾਡੀ ਤਸਵੀਰ ਵੇਖੋ ਜਾਂ ਕਿਸੇ ਹੋਰ ਦੀ ਵੀਡੀਓ ਵੇਖੋ ਕਿ ਇਹਦੇ ਚ ਬਹੁਤ ਜ਼ਿਆਦਾ ਪ੍ਰੋਫਿਟ ਹੈ ਮੈਂ ਤਾਂ ਉਹ ਉਦੋਂ ਦਾ ਮੈਨੂੰ ਇਹ ਸਬਕ ਮਿਲਿਆ ਹੈ ਕਿ ਜਿਹੜਾ ਕੰਪਨੀ ਜਦੋਂ ਤੱਕ ਮੈਂ ਆਪ ਉਸ ਚੀਜ਼ ਨੂੰ ਸੈਂਪਲ ਨੂੰ ਚੈੱਕ ਨਾ ਕਰ ਲਵਾਂ ਮੈਂ ਅੱਗੇ ਨਹੀਂ ਦਿੰਦਾ ਕੁਝ ਗਲਤੀਆਂ ਮੇਰੇ ਕੋਲ ਵੀ ਹੋਈਆਂ ਨੇ ਕਿ ਮੈਂ ਉਹ ਸੈਂਪਲ ਚੈੱਕ ਕਰਨ ਤੋਂ ਬਿਨਾਂ ਅੱਗੇ ਦਿੰਦਾ ਰਿਹਾ ਮਾਲ ਬਾਰੋ ਬਾਰ ਮਤਲਬ ਮਾਰਕੀਟ ਚੋਂ ਉਹਦੇ ਭੇਜ ਦਿੰਦੇ ਹਨ ਕੰਪਨੀਆਂ ਭੇਜ ਦਿੰਦੀਆਂ ਹਨ ਲੇਕਿਨ ਉਹਨਾਂ ਦੀ ਰਿਪੀਟ ਸੇਲ ਨਹੀਂ ਆਈ ਔਰ ਦੋਸਤ ਨਾਰਾਜ਼ ਵੀ ਹੋਏ ਨੇ ਤੇ ਮੇਰੇ ਰੰਗੇ ਕਾਫੀ ਦੋਸਤ ਜਿਹੜੇ ਨੇ ਉਹ ਵੀ ਇਹ ਕੰਮ ਕਰ ਰਹੇ ਨੇ ਲੇਕਿਨ ਇਹ ਕਿ ਤੁਸੀਂ ਕਰਨਾ ਬਿਜ਼ਨਸ ਸਾਨੂੰ ਫਿਊਚਰ ਚਾਹੀਦਾ ਨਾ ਕਿ ਸਾਨੂੰ ਲਾਲ ਰੋਜ਼ੀ ਮਿਲੇ ਕਿ ਅਸੀਂ ਮਹੀਨਾ ਦਾ ਨਹੀਂ ਕਰਨਾ ਅਸਾ ਇੱਕ ਮਿਸਾਲ ਇੱਕ ਬਿਜ਼ਨਸ ਦੇ ਵਿੱਚ ਸਾਨੂੰ 50000 ਮਿਲ ਗਿਆ ਮਤਲਬ ਤਾਂ ਇਹ ਨਾ ਕੰਮ ਚੱਲੇ ਜੀ ਰੈਗੂਲਰ ਕਰਨਾ ਤੁਸੀਂ ਪਾਰਟ ਟਾਈਮ ਕੰਮ ਕਰਨਾ ਤੁਸੀਂ ਇੱਥੋਂ ਨਹੀਂ ਤੁਹਾਨੂੰ ਚੀਜ਼ ਮਿਲਦੀ ਸ਼ਾਲਮੀ ਚਲੇ ਜਾਓ ਜੀ ਇਹ ਹੁਣ ਸੀਜ਼ਨ ਚੇਂਜ ਹੋ ਰਿਹਾ ਹੈ ਮੌਸਮ ਸਰਦੀ ਦਾ ਆ ਰਿਹਾ ਹੈ ਜੀ ਇਹ ਤੁਹਾਡੇ ਸਾਹਮਣੇ ਕੇਕ ਪੈਣ ਆ ਪਕੜਨੀ ਕਾਕਾ ਆ ਕੇਕ ਪਕੜਿਆ ਇਹ ਬਲੈਕ ਹੋ ਗਿਆ ਇਹ ਸ਼ਾਲਮੀ ਚਲੇ ਜਾਓ ਇਹ ਤੁਹਾਨੂੰ ਕੇਕ ਇਹ ਪਾਕਿਸਤਾਨੀ ਨਹੀਂ ਇਰਾਨੀ ਨਹੀਂ ਹੈ ਲੇਕਿਨ ਕੁਆਲਿਟੀ ਇਰਾਨੀ ਉਹ ਦਿੱਤਾ ਹੋਇਆ ਜਿਹੜਾ ਇਹ ਆ ਰਿਹਾ ਪਹਿਲੇ ਸਪੌਂਗ ਦੇ ਨਾਮ ਤੋਂ ਲਲਾਈ ਲੇਰ ਲੇਕਿਨ ਇਹ ਜਿਹੜੀ ਚੀਜ਼ ਹੈ ਇਹ ਪਾਕਿਸਤਾਨੀ ਲੇਕਿਨ ਇਹ ਕੁਆਲਟੀ ਅੱਛੀ ਹੈ ਜੀ ਇਹ ਦਾ ਡਿਫਰੈਂਟ ਨਹੀਂ ਹੈ ਰੇਟ ਵੀ ਅੱਛਾ ਪ੍ਰੋਫਿਟ ਵੀ ਅੱਛਾ ਹੈ ਇਹ ਇਹਦੇ ਵਿੱਚ ਇਹ ਕੇਕ ਵੀ ਹੈ ਕਈ ਤਰ੍ਹਾਂ ਦੇ ਕੇਕ ਨੇ ਕੇਕ ਵੀ ਹੈ ਕੈਂਡੀ ਐ ਟੌਫੀ ਹੈ ਚਾਕਲੇਟ ਹੈ ਮੇਰੇ ਕੋਲ ਚਾਕਲੇਟ ਫਿਲਹਾਲ ਕੋਈ ਜ਼ਿਆਦਾ ਕੁਆਂਟੀਟੀ ਜਮਾਲ ਨਹੀਂ ਪਿਆ ਉਹਦੀ ਵਜ੍ਹਾ ਅਜੇ ਕੋਈ ਮੌਸਮ ਥੋੜਾ ਜਾਂ ਉਂਜਾ ਚੱਲ ਰਿਹਾ ਤੇ ਉਹ ਤੁਸੀਂ ਇੰਦੇ ਜ ਹਜ਼ਾਰ ਆਈਟਮਾਂ ਲਿਆ ਕੇ ਮੈਂ ਇਸ ਵਾਸਤੇ ਕਹਿਣਾ ਹੁਣਾ ਕਿ ইরਾਨੀ ਤੇ ਜ਼ਿਆਦਾ ਜ਼ੋਰ ਦੇਣਾ ਉਹਨਾਂ ਦੀ ਕੁਆਲਿਟੀ ਮੈਨੂੰ ਬੜੀ ਅੱਛੀ ਲੱਗਦੀ ਹੈ। ਇਹ ਰੇਟ ਵੀ ਮناسب ਹੈ ਕੁਆਲਿਟੀ ਬਹੁਤ ਕਮਾਲ। ਤੇ ਉਹਦੀ ਰਿਪੀਟ ਸੇਲ ਆਂਦੀ ਹੁੰਦੀ। ਮੈਂ ਇਸ ਵਾਸਤੇ ਜਿਹੜਾ ਬੰਦਾ ਵੀ ਨਵਾਂ-ਨਵਾਂ ਆਂਦਾ ਹੈ ਇਸ ਕੰਮ ਦੇ ਉਹਨੂੰ ਆਣਾ ਯਾਰੋ ਸੇਲ ਕਰ। ਤੁਸੀਂ ਕੋਈ ਚੀਜ਼ ਵੀ ਸੇਲ ਕਰੋ ਤੁਹਾਡਾ ਫੋਕਸ ਕੁਆਲਿਟੀ ਦੇ ਹੋਣਾ ਚਾਹੀਦਾ। ਤੁਸੀਂ ਮੇਰੇ ਕੋਲ ਆਏ ਜੀ। ਮੈਂ ਤੁਹਾਨੂੰ ਜਿਹੜੀ ਸਹੀ ਸਿੱਧੀ ਸਿੱਧੀ ਗੱਲ ਹੈ ਉਹ ਤੁਹਾਨੂੰ ਨਾ ਕਰਨ ਲੱਗਾਂ। ਜਾਂ ਜਿਹੜੀ ਦਸੀ ਹੈ। ਕਿ ਅਸੀਂ ਤੁਸੀਂ ਜਿੰਨਾ ਅਗਰ ਤੁਸੀਂ ਮੋਤਮਨ ਹੋ ਹੁੰਦੇ ਜੇ ਮੈਂ ਤੁਹਾਨੂੰ ਲਵ ਕੈਂਡੀ ਲੈ ਦਿਆਂ ਜੀ ਦੇ ਸਕਣਾ ਅਗਰ ਤੁਸੀਂ ইরਾਨੀ ਤੁਹਾਨੂੰ ਅੱਛੀ ਲੱਗੀ ਇਹ ਆਲੀ ਹਾਲਾਂਕਿ ਇਹ ਵੀ ਮੇਡ ਇਨ ਪਾਕਿਸਤਾਨੀ ਹੈ ਇਹ ਕੈਸ਼ ਕੈਂਡੀ ਜੀ ਇਹ ਕੁਆਲਿਟੀ ਅੱਛੀ ਇਹ ਮਾਰਕੀਟ 'ਚ ਸੇਲ ਹੋ ਰਹੀ ਮੈਂ ਖੁਦ ਸੇਲ ਕਰਦਾ ਰਿਹਾ ਜੀ ਇਹ ਚਾਹੁੰਦੇ ਜੇ ਇਹ ਤੁਹਾਨੂੰ ਮੇਰੇ ਨਾਲੋਂ ਵੇ ਅੱਛੇ ਰੇਟ ਤੋਂ ਤੁਹਾਨੂੰ ਮਿਲ ਜਾਏਗੀ ਲੇਕਿਨ ਇਹ ਕਿ ਮਾਰਕੀਟ 'ਚ ਫਸ਼ਰਤ ਹੈ ਕਿ ਇਸ ਸਰਕਲ ਦੇ ਵਿੱਚ ਇਸ ਦਾਇਰੇ ਦੇ ਵਿੱਚ ਖੁਦ ਛਲਾਂਗ ਮਾਰਨੀ ਹਾਂਜੀ ਕਿਸੇ ਦੇ ਸਿਰ ਤੇ ਨਹੀਂ ਰਹਿਣਾ ਕਿ ਮੈਨੂੰ ਆ ਮਾਲ ਚਾਹੀਦਾ ਦੀ ਯਾਰ ਤੂੰ ਮੰਨਦੇ ਤੋ ਨੂੰ ਮੈਂ ਰਸਤਾ ਦੱਸ ਦਾਂ ਪਿਆ ਯਾਰ ਉਥੇ ਚਲੇ ਜਾ ਕੇ ਦਿਹਾੜੀ ਹੈ ਨਾ ਮੇਰੇ ਕੋਲ ਆ ਗਿਆ ਜੇ ਨਾ ਹਾਂਜੀ ਮੇਰੇ ਕੋਲ ਆ ਗਿਆ ਜੇ ਨਾ ਜੀ ਫੈਸਲਾਵਾ ਚਲੇ ਜਾ ਜੀ ਇੱਕ ਦਿਨ ਜ਼ਾਇਆ ਕਰਨਾ ਨਾ ਤੁਸੀਂ ਤੋ ਨੂੰ ਹਜ਼ਾਰ ਆਈਟਮਾਂ ਤੁਹਾਨੂੰ ਨਜ਼ਰ ਆਣਗੀਆਂ ਜੀ ਜੀ ਇੱਥੇ ਤਾਂ ਸਾਨੂੰ ਮਿੱਟੀ ਨਜ਼ਰ ਆਉਣੀ ਹੈ ਨਾ ਰੋਡ ਦੇ ਹਾਂਜੀ ਹਾਂਜੀ ਅਸੀਂ ਜਿਹੜੀ ਫੀਲਡ 'ਚ ਜਾਣਾ ਸਾਨੂੰ ਉਹ ਚੀਜ਼ਾਂ ਅਸੀਂ ਜਾਵਾਂਗੇ ਤੇ ਨਜ਼ਰ ਆਉਣਗੀਆਂ ਤਾਂ ਤੁਸੀਂ ਜਾਂ ਲਾਹੌਰ ਚਲੇ ਜਾਓ ਲਾਹੌਰ ਛਾਲ ਮੇ ਮਾਰਕੀਟ ਮੋਚੀ ਅਕਬਰੀ ਅਕਬਰੀ ਮੰਡੀ ਤੁਸੀਂ ਜਿੰਨਾ ਮਾਰਕੀਟ ਚ ਇਨ ਹੋਗੇ ਇਸ بزਨਸ ਦੇ ਰਿਲੇਟਰ ਲੋਗਾਂ ਨੂੰ ਮਿਲੋਗੇ ਜੀ ਉਹ ਜਨਾਬ ਉਹਨਾਂ ਤੋਂ ਡਾ ਨੌਲੇਜ ਅਜ਼ਾਫਾ ਹੋਏਗਾ ਔਰ ਤੁਹਾਨੂੰ ਪਤਾ ਚੱਲੇਗਾ ਇਹ ਚੀਜ਼ ਕਿੱਥੋਂ ਮਿਲਦੀ ਏ ਔਰ ਇਹਦਾ ਪ੍ਰੋਫਿਟ ਕਿੰਨਾ ਹੈ ਔਰ ਮਤਲਬ ਹੈ ਕਿ ਇਹ ਕਿਹੜੀ ਜਗ੍ਹਾ ਤੋਂ ਅੱਛੇ ਰੇਟ ਤੋਂ ਮਿਲ ਜਾਏਗੀ ਜੀ ਬਿਲਕੁਲ ਹਾਂ ਉਹ ਇਹ ਚੀਜ਼ ਦੇ ਵਿੱਚ ਤੁਸੀਂ ਸ਼ੌਕ ਸ਼ੌਕ ਨਾ ਹੀ ਸੀ ਮਜਬੂਰੀ ਸੀਗੀ ਰੋਜ਼ੀ ਕਮਾਣੀ ਰੋਜ਼ੀ ਕਮਾਣੀ ਹਲਾਲ ਲੇਕਿਨ ਕੋਸ਼ਿਸ਼ ਇਹ ਤਾਂ ਹੋਣੀ ਚਾਹੀਦੀ ਨਾ ਹਲਾਲ ਰਜ਼ਕ ਦੀ ਦੋ ਨੰਬਰੀ ਤਾਂ ਨਹੀਂ ਅਸਾ ਕਰਨੀ ਹਲਾਲ ਰਜ਼ਕ ਕਮਾਉਣਾ ਹੈ ਥੋੜਾ ਮਿਲ ਜਵੇ ਲੇਕਿਨ ਤੁਹਾਡੀ ਇੱਕ ਚੇਨ ਹੋਣੀ ਚਾਹੀਦੀ ਕਿ ਸਾਡਾ ਇਸ ਜਗ੍ਹਾ ਤੇ ਜਿਹੜੇ ਜਿਹੜੇ ਰੂਟ ਤੇ ਜਾਂ ਜਿਹੜੇ ਟਾਉਨ ਦੇ ਵਿੱਚ ਅਸੀਂ ਕੰਮ ਸਟਾਰਟ ਕਰੀਏ ਜੀ ਜੀ ਹਰ ਦੁਕਾਨਦਾਰ ਸਾਨੂੰ ਆਰਡਰ ਦੇਂਦਾ ਰਹੇ ਜੀ ਉਹਦੇ ਵਾਸਤੇ ਤੁਸੀਂ ਉਹ ਬੇਸ ਬਣਾਨੀ ਜੀ ਅੱਛੀ ਕੁਆਲਿਟੀ ਲਾ ਕੇ ਆ ਉਹ ਹੁਣ ਮੈਂ ਤੁਹਾਨੂੰ ਜਨਾਬ ਬਿਹਤਰੀਨ ਹੋਊਗਾ ਹਾਂ ਇਹ ਤੁਸੀਂ ਠੀਕ ਹੈ ਬੇਟਾ ਕੱਟਦੇ